ਨੇ, ਪ੍ਰਸ਼ਾਸਨ ਖੁਦ ਆਪ ਆਣ ਕੇ ਜਿਹੜਾ SHO ਮੌਜੂਦਾ ਹੁੰਦਾ ਹੈ ਜਾਂ ਉੱਤੋਂ ਉੱਚ ਅਧਿਕਾਰੀ, ਉਹ ਆਪ ਆਣ ਕੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਲਾਹ ਕੇ ਲੈ ਜਾਂਦਾ ਹੈ। ਇਹ ਕਿੱਥੋਂ ਦਾ ਕਾਨੂੰਨ ਹੈ? ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ ਹਿੰਦੂਆਂ ਦਾ ਮੁਸਲਮਾਨ ਭਾਈਚਾਰੇ ਨਾਲ ਜਿੰਨੇ ਵੀ ਧਰਮ ਹਨ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੋਵੇਗਾ ਆਪਣੇ ਹੱਕ ਲੈਣ ਵਾਸਤੇ, ਪਰ ਅੱਜ ਅਸੀਂ ਇਹ ਧੱਕੇਸ਼ਾਹੀ ਕਦੀ ਬਰਦਾਸ਼ਤ ਨਹੀਂ ਕਰਾਂਗੇ। ਨਾਲ ਹੀ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਾਂ ਕਿ ਜਿਵੇਂ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਜੋ ਸੰਤਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ, ਆਪਾਂ ਇੱਕ ਦਿਨ ਜਾਂ ਪਹਿਲਾਂ ਜਾਂ ਇੱਕ ਦਿਨ ਬਾਅਦ ਵਿੱਚ ਅੰਮ੍ਰਿਤਸਰ ਦੀ ਧਰਤੀ 'ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਬੜਾ ਲੰਮਾ ਸਮਾਂ ਰਹਿ ਕਰਕੇ ਸਿੱਖੀ ਦਾ ਪ੍ਰਚਾਰ ਕਰਕੇ ਗਏ ਹਨ, ਟੁੱਟਿਆ ਹੋਇਆ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਗਏ ਹਨ। ਸੰਤਾਂ ਦਾ ਜੀਵਨ ਪੜ੍ਹੀਏ ਅਤੇ ਜੀਵਨ ਬਦਲ ਜਾਂਦਾ ਹੈ। ਮੇਰੀ ਬੇਨਤੀ ਹੱਥ ਜੋੜ ਕਰਕੇ ਕਿ ਅੰਮ੍ਰਿਤਸਰ ਦੀ ਧਰਤੀ 'ਤੇ ਵੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਵੱਡੀ ਪੱਧਰ ਦੇ ਵਿੱਚ ਜਨਮ ਦਿਹਾੜਾ ਮਨਾਉਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਸਰੀਆਂ ਦੇਸ਼ਾਂ ਅਤੇ ਵਿਦੇਸ਼ਾਂ ਅਤੇ ਪੰਜਾਬ ਦੀਆਂ ਸੰਗਤਾਂ, ਬੇਨਤੀ ਹੱਥ ਜੋੜ ਕਰਕੇ ਕਿ ਜੋ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕੌਮ ਵਾਸਤੇ ਕਰਕੇ ਗਏ ਹਨ, ਕਲਗੀਧਰ ਪਾਤਸ਼ਾਹ ਦੇ ਪਾਏ ਹੋਏ ਪੂਰਨਿਆਂ 'ਤੇ ਚੱਲੇ ਸਨ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਦਾ ਜੀਵਨ ਪੜ੍ਹੀਏ ਅਜੇ ਅਤੇ ਬੰਦੇ ਦਾ ਜੀਵਨ ਬਣ ਜਾਂਦਾ ਹੈ। ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਕਰਕੇ ਗਏ ਹਨ, ਸੰਸਾਰ ਅਤੇ ਸੰਤਾਂ ਬਹੁਤ ਨੇ, ਛੁਪਾਈ ਭਾਨ ਨੂੰ ਕੋਈ ਤਿਆਰ ਨਹੀਂ। ਅਸੀਂ ਸਾਰੀਆਂ ਸੰਗਤਾਂ ਨੂੰ ਅੱਜ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਮਹਾਂਪੁਰਸ਼ਾਂ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ। ਜੋ ਅੰਮ੍ਰਿਤਸਰ ਦੀ ਧਰਤੀ 'ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਬੜਾ ਲੰਮਾ ਸਮਾਂ ਰਹਿ ਕਰਕੇ ਸਿੱਖੀ ਦਾ ਪ੍ਰਚਾਰ ਕਰਕੇ ਗਏ ਅਤੇ ਟੁੱਟਿਆ ਹੋਇਆ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਗਏ ਹਨ। ਮੈਂ ਅੰਮ੍ਰਿਤਸਰ ਦੀਆਂ ਪਾਵਨ ਪਵਿੱਤਰ ਧਰਤੀ 'ਤੇ ਰਹਿਣ ਵਾਲੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਆਪਾਂ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਵੱਡੀ ਪੱਧਰ ਵਿੱਚ ਜਨਮਦਿਨ ਨਾ ਮਨਾਇਆ, ਕਿਉਂਕਿ ਇੱਥੋਂ ਦੇ ਪ੍ਰਸ਼ਾਸਨ ਜਿਹੜਾ ਅੱਜ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਜਿਹੜੀਆਂ ਪੋਸਟਰਾਂ ਕੋਈ ਵੀ ਗੱਡੀ 'ਤੇ ਲਾਉਂਦਾ ਉਹ ਵੀ ਲਾ ਰਿਹਾ ਹੈ, ਲੱਗਣ ਨਹੀਂ ਦਿੱਤਾ ਜਾ ਰਿਹਾ। ਭਾਈ ਹਰਪਾਲ ਸਿੰਘ ਜੀ ਜੋ ਅਕਾਲ ਖਾਲਸਾ ਦਲ ਜਥੇਬੰਦੀ ਵੱਲੋਂ ਇੱਥੇ ਮਨਾ ਰਹੇ ਹਨ, ਇਹਨਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਬੜਾ ਦਬਾਇਆ ਗਿਆ ਸੀ। ਸਾਡੇ ਬੱਚੇ ਦਾ ਜਨਮ ਦਿਨ ਹੋਵੇ, ਉਹ ਜਿੰਦਾ ਜਾਗਦਾ ਵਿਹੜੇ ਦੇ ਵਿੱਚ ਅਤੇ ਮੂਹਰੇ ਬਿਠਾ ਕੇ ਉਹਦਾ ਕੇਕ ਕਟਾਇਆ ਜਾਂਦਾ ਹੈ, ਅਤੇ ਇਹ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਪੋਸਟਰ ਜੇ ਅਸੀਂ ਲਾ ਕੇ ਨਹੀਂ, ਫੋਟੋ ਲਾ ਕੇ ਨਹੀਂ ਜਨਮ ਦਿਨ ਮਨਾਉਣਾ, ਤਾਂ ਅਸੀਂ ਹੋਰ ਕਿਹਦਾ ਲਾਈਏ? ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ 'ਤੇ ਰਹਿਣ ਵਾਲਾ ਪ੍ਰਸ਼ਾਸਨ ਸਿੱਖਾਂ ਦੇ ਨਾਲ ਪਹਿਲਾਂ ਵੀ ਅਤੇ ਹੁਣ ਵੀ ਬੜਾ ਧੱਕਾਸ਼ਾਹੀ ਕਰ ਰਿਹਾ ਹੈ, ਕਿਉਂਕਿ ਮੈਨੂੰ ਅੱਜ ਜਦੋਂ ਪਤਾ ਲੱਗਾ ਕਿ ਇੱਥੇ ਪ੍ਰਸ਼ਾਸਨ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਨਹੀਂ ਲੱਗਣ ਦਿੱਤੀ ਜਾ ਰਹੀ ਕਿ ਇੱਥੇ ਨਾ ਲਾਓ,
ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਹੜੇ ਧਾਰਮਿਕ ਗੀਤ ਬਣੇ ਨੇ ਉਹ ਨਹੀਂ ਲਾਉਣ ਦਿੱਤੇ ਜਾ ਰਹੇ। ਜੇ ਕੋਈ ਨੌਜਵਾਨ ਸੰਤ ਗਿਆਨੀ ਜਰਨੈਲ ਸਿੰਘਾਂ ਦੀ ਫੋਟੋ ਲਾ ਕੇ ਤਸਵੀਰ ਲਾ ਕਰਕੇ ਜੇ ਟਰੈਕਟਰ ਟਰਾਲੀ ਦੇ ਉੱਪਰ ਕੋਈ ਮਾਰਚ ਕੱਢਦਾ ਹੈ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਂਦੇ ਨੇ। ਕਿੱਥੋਂ ਦਾ ਕਾਨੂੰਨ ਹੈ? ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹਰ ਹਿੰਦੂ ਵਾਸਤੇ, ਹਰ ਇੱਕ ਮੁਸਲਮਾਨ ਵਾਸਤੇ, ਹਰ ਇੱਕ ਧਰਮ ਵਾਸਤੇ, ਹਰ ਇੱਕ ਦੇ ਨਾਲ ਮੋਢੇ ਨਾਲ ਮੋਢਾ ਲਾ ਕਰਕੇ ਤੁਰੇ ਸਨ। ਸੰਤਾਂ ਨੇ ਕਿਸੇ ਨਾਲ ਧੱਕਾ ਨਹੀਂ ਕੀਤਾ, ਧੱਕਾ ਹੁਣ ਸਰਕਾਰਾਂ ਕਰ ਰਹੀਆਂ ਨੇ। ਪੰਜਾਬ ਦੇ ਵਿੱਚ ਜੇਕਰ ਪਹਿਲਾ ਨੌਜਵਾਨ ਸੰਤਾਂ ਦੇ ਸਮੇਂ ਸ਼ਹੀਦ ਹੋਇਆ ਹੈ ਉਹਨਾਂ ਦਾ ਦੁਨੀਆ 'ਤੇ ਨਾਂ ਹੈ। ਜਿਹੜੇ ਹੁਣ ਬੱਚੇ ਨਸ਼ੇ ਦੇ ਨਾਲ ਮਰ ਰਹੇ ਨੇ, ਇਹ ਜਿਹੜਾ ਅੱਜ ਇੱਕ ਪਿੰਡ ਦਾ ਸਰਵਾ ਕਰ ਲਿਓ, ਇੱਕ ਪਿੰਡ ਦੇ ਵਿੱਚ ਥੋੜ੍ਹੇ ਦਿਨਾਂ ਦੇ ਵਿੱਚ ਹਜ਼ਾਰਾਂ ਦੀ ਕੀ ਇੱਕ ਥਾਣੇ ਦੀ ਜਿਹੜੀਆਂ ਗਲਤ ਸੋਚ ਦੇ ਕਾਰਨ ਇਹ ਕੰਮ ਹੋ ਰਿਹਾ ਹੈ ਕਿ ਸਿੱਖਾਂ ਨੂੰ ਇਸ ਤਰੀਕੇ ਨਾਲ ਮਾਰੋ ਕਿ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਿਹਾੜਾ ਨਾ ਮਨਾਇਆ ਜਾਵੇ। ਜੇਕਰ ਅਸੀਂ ਪਹਿਲਾਂ ਇਹਨਾਂ ਨੂੰ ਤੋਪਾਂ ਦੇ ਨਾਲ, ਟੈਂਕਾਂ ਦੇ ਨਾਲ ਜੇਕਰ ਫਾਂਸੀਆਂ ਦਿੱਤੀਆਂ, ਇਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਘਰ ਬਣ ਜਾਂਦੇ ਨੇ। ਇਹਨਾਂ ਨੂੰ ਇਸ ਤਰੀਕੇ ਨਾਲ ਮਾਰੋ, ਇਹਨਾਂ ਦਾ ਇਤਿਹਾਸ ਨਾ ਬਣੇ। ਮੇਰੀ ਬੇਨਤੀ ਹੱਥ ਜੋੜ ਕਰਕੇ, ਜਿਹੜੇ ਕੌਮ ਦੇ ਆਪਣੇ ਆਪ ਨੂੰ ਜਥੇਦਾਰ ਬਣੇ ਨੇ, ਉਹ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ ਆਣ ਕੇ ਜ਼ਰੂਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਵੱਡੀ ਪੱਧਰ ਦੇ ਵਿੱਚ ਜਨਮ ਦਿਨ ਮਨਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।